ਸਲਾਮੀ ਵੀ ਹੋਣੀ, ਨਿੰਦਰਾ ਵੀ ਹੋਣੀ, ਸਲਾਮੀ ਉਦੋਂ ਦਿੱਤੀ ਜਾਣੀ, ਪਾਰਟੀ ਦਿਓ, ਪਾਰਟੀ ਦਿਓ, ਇੱਧਰ ਇੱਧਰ ਸਲਾਮੀ ਵੀ ਲੱਭਸੀ, ਨਿੰਦਰਾ ਵੀ ਲੱਭਸੀ, ਨਿੰਦਰਾ ਵੀ ਨੋਟ ਸਲਾਮੀ ਦਿਓ ਨਾ ਇੱਥੇ ਸਲਾਮੀ ਰਹਿਮਾਨ ਰਹੀਮ ਅਸਲਾਮ ਅਲੈਕੁਮ ਉਮੀਦ ਹੈ ਸਾਰੇ ਠੀਕ ਠਾਕ ਹੋਸੋ ਖੁਸ਼ਬਾਸ਼ ਹੋਸੋ ਅੱਲਾਹ ਤਾਲਾ ਨੇ ਇਜ਼ਤ ਤੋਂ ਅਮਾਨ ਹੀ ਚੋਸੋ ਜਿੱਥੇ ਵੀ ਹੋਸੋ ਆਪਣੀ ਜ਼ਿੰਦਗੀ ਅਸਲ ਅੰਦਾਜ਼ ਨਾਲ ਗੁਜ਼ਾਰਨੀ ਹੋਸੋ ਕਸ਼ਮੀਰੀ ਵਲਾਗਰ ਹਾਜ਼ਰ ਹੈ ਇੱਕ ਨਿਆ ਖੂਬਸੂਰਤ ਜਿਹਾ ਵਲਾਗ ਤੁਸੀਂ ਖਿਦਮਤ ਵਿੱਚ ਕਸ਼ਮੀਰੀ ਵਲਾਗਰ ਦੀ ਤਰਫੋਂ ਮੇਜ਼ਬਾਨ ਇਸਰਾਰੀਆ ਕੋ ਸਫੀਰ ਹੈ ਬੈਕਗ੍ਰਾਊਂਡ ਤੁਸੀਂ ਕਿ ਅੰਦਾਜ਼ਾ ਹੋ ਹੀ ਗਿਆ ਸੀ ਕਿ ਵੀਡੀਓ ਅਸਾਂ ਅੱਜ ਕਿੱਥੋਂ ਸ਼ੁਰੂ ਕਰਨ ਗਏ ਹਾਂ ਔਰ ਇਹ ਪਹਿਲੀ ਦਫਾ ਐਸਾ ਹੋਣ ਵਾਲਾ ਹੈ ਸੋ ਅਸਾਂ ਨਾਲ ਦਾਨਿਆਲ ਸਾਹਿਬ ਮੌਜੂਦ ਹਨ ਨਾਲ ਹੀ ਸਾਡੇ ਨਾਲ ਨੰਬਰਦਾਰ ਸਾਹਿਬ ਮੌਜੂਦ ਹੈ ਤਾਂ ਕੀ ਹਾਲ ਹੈ ਠੀਕ ਹੋ ਖੈਰੀਅਤ ਹੈ ਸਿਹਤ ਕੈਸੀ ਹੈ ਸੋਹਣੀ ਠੀਕ ਹੈ ਨਾ ਗਰਮੀ ਕਾਲਾ ਸੂਟ ਕਾਲਾ ਸੂਟ ਜਾਂ ਚਿੱਟਾ ਸੂਟ ਤੁਸੀਂ ਕਹਿੰਦੇ ਚਿੱਟਾ ਸੂਟ ਠੀਕ ਰਹਿਣ ਜੀ ਮਹੀਨੇ ਸਾਰੇ ਠੀਕ ਰਹਿਣ ਲਾਣੇ ਨਾ ਦਾਨਿਆਲ ਸਾਹਿਬ ਸੋਹਣੇ ਕੀ ਹਾਲ ਹੈ ਸੋਹਣੇ ਕਾਲੇ ਸੂਟ ਹੈ ਬਹੁਤ ਬੈਸਟ ਚੱਲੀ ਰਹੀ ਹੈ ਇਹ ਮਾੜੇ ਪਰ ਕਾਲੇ ਸੂਟ ਹੈ ਤਨਕੀਦੀ ਜਾਂ ਮਾੜੇ ਪਰ ਤਨਕੀਦੀ ਸੂਟ ਹੈ ਪਰ ਸੂਟ ਹੈ ਪਰ ਉਹ ਪੁਲਿਸ ਨੇ ਗੜੀ ਵਿੱਚ ਕਹਿ ਲਿਖਿਆ ਹੋਣਾ ਨਫ਼ਰਤ ਜੁਰਮ ਸੇ ਹਾਂ ਮੁਜਰਮ ਨਾਲ ਨਹੀਂ ਹੈ ਬੜੇ ਸਾਡੇ ਕਾਲਾ ਜੋੜਾ ਕਰੋ ਨੀ ਸਲਾਨ ਦੇ ਉਹ ਕੋਈ 2000 ਕਿੰਨਾ ਲਾਈ ਕਿੰਨੇ ਸੀ ਉਹ ਮੈਂ ਮੰਗੀ ਤੀ ਪਹਿਲੇ ਸ਼ੁਰੂ ਕੀਤਾ ਕੰਮ ਮੈਂ ਕਿਹਾ ਚਲੋ ਇੱਕ ਰੂਟੀਨ ਪਰ ਬਾਂਹ ਗੜੀ ਗਈ ਹੁਣ ਯਕੀਨ ਕਰੋ ਮਾੜੇ ਕੋਲ ਸਾਲੀ ਕਾਲੇ ਜੋੜੇ ਹੀ ਇਹ ਤੁਸੀਂ ਕਿੰਨੇ ਆ ਗਿਫਟ ਲੱਭੇ ਸਾਰੇ ਇਹ ਜੋੜਾ ਗਿਫਟ ਲੱਭਾ ਵਾ ਇੱਕ ਹੋਰ ਕਾਲਾ ਆ ਇੱਕ ਮਾੜੀ ਜਗ੍ਹਾ ਦੋਸਤੀ ਪਈ ਉਹਨਾਂ ਵੀ ਮਾੜੇ ਕਾਲਾ ਜੋੜਾ ਗਿਫਟ ਪਈ ਮੈਂ ਕਿਹਾ ਹੋਰ ਕੋਈ ਨਾ ਕੋਈ ਕੋਈ ਰੰਗ ਨਹੀਂ ਚੱਲਦਾ ਸਾਰੇ ਕਾਲਾ ਜੋੜਾ ਹੀ ਦੇਣੇ ਅੱਲਾ ਹਰ ਕਰ ਸੂਟ ਲਾਇਆ ਆ ਪਤਲਾ ਜਿਹਾ ਦਮਦਾਰ ਜੀ ਮੈਂ ਇੱਕ ਹੋਰ ਗੱਲ ਕਰਨਾ ਆ ਦਾਨ ਕਰੀ ਉਹਨੂੰ ਤੁਸੀਂ ਚਿੱਟਾ ਜੋੜਾ ਕਿਹਦਾ ਦੇਣਾ ਨਾ ਜੀ ਕਾਲਾ ਸੂਟ ਚਿੱਟਾ ਜੋੜਾ ਲੰਮਦਾਰ ਔਰ ਲਾਣ ਕਰੀ ਉਹਨੂੰ ਸਾ ਕਾਲਾ ਜੋੜਾ ਕਿੰਨਾ ਕਰੋ ਉਹਨਾਂ ਦਾ ਕੁਛ ਸੰਗਿਆ ਦੋਸਤਾਂ ਦੀ ਦੇਣਾ ਚਿੱਟਾ ਚਾਹੀ ਕਿੰਨਾ ਕਰੋ ਆ ਗੱਲ ਇਹ ਲੇਕਿਨ ਮੋਸ ਮੈਂ ਨਾ ਨਾਲੀ ਬਿਲਕੁਲ ਬੋਲਦੇ ਕਿਹੜਾ ਕੋ ਕਾਲਾ ਇੰਜਾ ਹੋਰ ਬਾਬੇ ਤੁਸੀਂ ਨੇ ਕਿਆ ਲਾਤੇ ਆ ਚਿੱਟਾ ਲਾਈ ਤੇ ਤੁਸੀਂ ਵੀ ਚਿੱਟਾ ਲਿਆ ਵਾ ਗਰਮੀਆਂ ਦਾ ਤਿਆਰੀ ਕਰਦਾ ਕਿ ਕੁਸਾਂ ਇੰਤਜ਼ਾਰ ਆ ਇੰਤਜ਼ਾਰ ਆ ਪਾਪੇ ਚਾਚੇ ਸਾਰੇ ਨਾ ਚਾਚੇ ਰਾਹੀਂ ਨਾਲ ਰੱਖਣੇ ਆ ਨਾ ਅੱਜ ਅਸਾਂ ਵਲਾਗ ਥੋੜੇ ਨਵੇਂ ਅੰਦਾਜ਼ ਹੀ ਬਣਾਉਣੇ ਨੇ ਇਰਾਦਾ ਆ ਸੋ ਅੱਜ ਪੂਰੀ ਟੀਮ ਹੈ ਕਿ ਨਾਲ ਜੋਲਸਾਂ ਆ ਚਲੋ ਅੱਜ ਡੇਮਾ ਬਰਾ ਜੋਲੀ ਆ ਹਾਂ ਚੋਲੇ ਢੀਆਂ ਜੀ ਪਹਿਲੇ ਕਦੇ ਕੁਸਾਂ ਖੜੀ ਤੇ ਕੋਣੀ ਨਾ ਪਹਿਲੇ ਤਾਂ ਕੋਣ ਕੁਸਾਂ ਖੜੀ ਪਹਿਲੇ ਪੁਰਾਣੇ ਜ਼ਮਾਨੇ ਕੋ ਖੜੀ ਹੋ ਸੀ ਤੇ ਹੁੰਦੇ ਨਾ ਇੱਕ ਵਾਰੀ ਖੜੀ ਸੀ ਅਸਾਂ ਸਾਰੇ ਜੁੱਡੀ ਪੁਰਾਣੇ ਪੁਰਾਣੀ ਬੋੜਾਂ ਪੁਰਾਣੀਆਂ ਜੜਾਂ ਵੱਢਣ ਫਾਈਨਲੀ ਚਾਚਾ ਵੀ ਪਹੁੰਚ ਗਿਆ ਚਾਚਾ ਵੀ ਪਹੁੰਚ ਗਿਆ ਚਾਚਾ ਅਜਾ ਇੱਥੇ ਲਾਰੀ ਤੋਂ ਬਗੈਰ ਹੀ ਹੈ ਅਸਲਾਮ ਵਾਲੇਕੁਮ ਲਿਫਟ ਲੋੜੀ ਤਾਂ ਆਇਓ ਤਰਬੀਅਤ ਠੀਕ ਹੀ ਤਬੀਅਤ ਪੁੱਛੋ ਨਾ ਤਬੀਅਤ ਵੀ ਠੀਕ ਹੀ ਜ਼ਬਰਦਸਤ ਬਿਹਤਰੀਨ ਤੂੰ ਬਹਿ ਪਿਆ ਚਿਟਕਿਆ ਪਿਆ ਗੌਰੀ ਸਾਹਿਬ ਵੀ ਆਈ ਗਏ ਨਾਲ ਨਬੀਲ ਸਾਹਿਬ ਨਬੀਲ ਸਾਹਿਬ ਕੀ ਹਾਲ ਹੈ ਠੀਕ ਹੋ ਸ਼ਾਦੀ ਤੋਂ ਬਾਅਦ ਸੁੱਕੀ ਗਏ ਹੋ ਕਿਹੜੀਆਂ ਪਰੇਸ਼ਾਨੀਆਂ ਆ ਕਿ ਮੁਬਾਰਕ ਦੇਣ ਸਪੈਸ਼ਲ ਅਲਾ ਮੁਬਾਰਕ ਦੇਣ ਤੇ ਘਰੋਂ ਆਏ ਕਿੱਥੇ ਯਾਦ ਕੋਣ ਜੀ ਨੇ ਹੁਣ ਮੈਂ ਬਾਈ ਦੋ ਯਾਦ ਆਈ ਆ ਪਤਾ ਨਹੀਂ ਕਿਆ ਨਾ ਨਾ ਖਤ ਸਾਹਿਬ ਦੋ ਮਿੰਟ ਚੁੱਪ ਕਰੋ ਨਾ
ਪਾਰਟੀ ਦਿਓ ਪਾਰਟੀ ਦਿਓ ਸਲਾਮੀ ਵੀ ਲੱਭੀ ਗੁਜ਼ਰੀ ਚੁੱਕੇ ਹਾਂ ਸਲਾਮੀ ਵਾਸਤੇ ਪਹਿਲੇ ਬੰਦੇ ਕੇ ਤਿਆਰ ਸ਼ਿਆਰ ਹੋਣਾ ਪੈਣਾ ਪਹਿਲੇ ਸੱਦੇ ਲਾਣੇ ਪੈਣੇ ਸਲਾਮੀ ਆਪਣੀ ਮਰਜ਼ੀ ਨਾਲ ਦੇ ਸਾਂ ਬਿਲਕੁਲ ਸਾਰਾ ਕੁਝ ਅਸੀਂ ਇਨਸ਼ਾਅੱਲਾਹ ਠੀਕ ਹੈ ਖੈਰੀਅਤ ਹੈ ਅਸਲੀ ਉਹ ਵਿਆਹ ਆ ਪਲੋਥਿਆ ਵਾ ਮਸਰੂਫ ਸੇ ਮਸਰੂਫ ਬਰਿਆਨੀ ਪਲਾਓ ਤੋਂ ਕਿਆ ਮੁਰਾਦ ਹੈ ਇਹਨੇ ਚਾਵਲਾਂ ਹਲੀ ਬਰਿਆਨੀ ਪਲਾਓ ਹੀ ਬਣਨਾ ਆ ਮਿੱਠੇ ਚਾਵਲ ਨਹੀਂ ਬਣੀ ਸਕਣੇ ਬਣੀ ਸਕਣੇ ਜੀ ਆਪਣੀ ਮਰਜ਼ੀ ਹੈ ਜਿਹੜੇ ਲੇਕਿਨ ਨਾ ਹੈ ਬਰਿਆਨੀ ਦਾ ਪਲਾਓ ਹੀ ਬਣਨਾ ਹੈ ਸਪੈਸ਼ਲੀ ਪਿੰਡਾਂ ਦੇ ਬਰੋ ਸੰਗੀਆਂ ਦੋਸਤਾਂ ਕੋਲੋਂ ਨਿਕਲੀ ਆਏ ਆ ਇਰਾਦਾ ਅਸਾਂ ਐਸਾ ਕਿ ਡੇਮ ਸਾਈਡ ਜਾਏ ਆ ਠੀਕ ਹੈ ਲੇਕਿਨ ਇੱਕ ਰੋਡ ਅਸਾਂ ਉਹਨੇ ਕਾਫੀ ਵੀਡੀਓ ਵੀ ਬਣਾਈਆਂ ਸੀਗੀਆਂ ਕਿ ਇਸ ਰੋਡ ਹੈ ਆਪਣੀ ਵਜ੍ਹਾ ਤੋਂ ਕਾਫੀ ਬੰਦੇ ਮੁਸ਼ਕਿਲਾਂ ਦਾ ਸ਼ਿਕਾਰ ਰੱਖਿਆ ਕਿ ਇੱਥੇ ਜਿਹੜਾ ਬਾਰਿਸ਼ ਹੋਣੀ ਆ ਉਹਦਾ ਖਲੀ ਜਾਣਾ ਆ ਪਾਣੀ ਸੋ ਫਾਈਨਲੀ ਅੱਜ ਅਸਾਂ ਕੀ ਪਤਾ ਲਗਾਇਆ ਕਿ ਤਾਮੀਰਾਤੀ ਕੰਮ ਇੱਥੇ ਜਾਰੀ ਹੋ ਹੀ ਗਿਆ ਹੈ ਸਾਡੇ ਮੈਂ ਪਤਾ ਨਾ ਜਾਈ ਸਕਦੇ ਚਲੋ ਲੇਕਿਨ ਖੁਸ਼ਾਇਨ ਗੱਲ ਹੈ ਕਿ ਇੱਥੇ ਕੰਮ ਜਾਰੀ ਆ ਬਿਲਕੁਲ ਮਾਸ਼ਾਅੱਲਾ ਸੋ ਇਹ ਆਵਾਮ ਨੇ ਮੁਸ਼ਕਿਲਾਂ ਆਖਰਕਾਰ ਦੂਰ ਹੋਣੇ ਨਾ ਟੀਮ ਆਈ ਗਿਆ ਮਿੱਟੀ ਬਾਹਣੇ ਪਏ ਬੱਟੇ ਥੱਲੇ ਸਟੇ ਨੇ ਪਰ ਬਾਈ ਨੇ ਮਿੱਟੀ ਇਹਨਾਂ ਕਿਹ ਸਿਸਟਮ ਹੋ ਸੀ ਅੱਗੇ ਪੱਕੀ ਕਰ ਸਨ ਚਲੋ ਅੱਗੇ ਹੁਣ ਜੁਲੇ ਹਾਂ ਤੱਕਣੇ ਉਹ ਸੜਕਿਆ ਬੰਦਾ ਵਾ ਅੱਗੇ ਮਾਸ਼ਾਅੱਲਾ ਜੀ ਪਹੁੰਚੇ ਆ ਥੋੜੇ ਹੋਰ ਅੱਗੇ ਤੇ ਇੱਥੇ ਤਾਂ ਰੋਡ ਸਿਮਟ ਬਣੇ ਬਿਨਾਂ ਨਾ 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 ਅਸਾਂ ਕਿ ਪਿੱਛੇ ਇੱਕ ਬੰਦੇ ਬਜਾ ਵੀ ਸਾ ਕਿ ਅੱਗੇ ਰੋਡ ਬੰਦ ਨੇ ਸੁਣਨਾ ਜਾਓ ਲੇਕਿਨ ਅਸਾਂ ਆਇਆ ਫਿਰ ਵੀ ਜਾਵਾਂ ਕਿਉਂਕਿ ਅਗਰ ਅਸਾਂ ਇਹ ਦੱਸਿਆ ਆ ਕਿ ਇੱਥੇ ਪਾਣੀ ਖੁੱਲ੍ਹਾ ਆ ਮੰਗਵਾਂਗੇ ਮੁਸ਼ਕਿਲਾਂ ਤਾਂ ਅੱਜ ਲਾਸਾਂ ਨਹੀਂ ਹੋਏਗੀ ਦੱਸਣੀ ਚਾਹੀਦੀ ਹੈ ਸੋ ਇੱਧਰੋਂ ਉੱਧਰ ਗਏ ਲੇਕਿਨ ਇਹ ਚੀਜ਼ ਕੀਤੀ ਨੇ ਕਿ ਇੱਧਰੋਂ ਬੰਦ ਕਰਤਾ ਨੇ ਰਸਤਾ ਗੋਦਰੇ ਆਪਣੇ ਆਪਣੇ ਕੋਈ ਜਿਹੜਾ ਜਾਣਾ ਆ ਉਹ ਖੁੱਲ੍ਹਾ ਹੋਇਆ ਠੀਕ ਹੋ ਗਿਆ ਸੋ ਪਹਿਲੇ ਇਹ ਹੁਣ ਪੱਕੀ ਕਰ ਸਨ ਸਾਰੀ ਨਹੀਂ ਲੋਕਾਂ ਨੂੰ ਪਤਾ ਨਹੀਂ ਹੈ ਪਤਾ ਨਹੀਂ ਅਸਾਂ ਕੀ ਫੇਸਬੁੱਕ ਹੈ ਪਤਾ ਲਗਾਇਆ ਨਾ ਸੋ ਮਾਸ਼ਾਅੱਲਾ ਬੜਾ ਖੂਬਸੂਰਤ ਕੰਮ ਹੋਇਆ ਆ ਸਾਫ਼ ਸੁਥਰਾ ਅਜੇ ਦਰਮਿਆਨੇ ਜਿਹੜੀ ਉਹ ਕਿਛ ਰੱਖਣੇ ਨੇ ਚੀਜ਼ ਹੋਣੀ ਨਾ ਰੱਖੀ ਜਾਣੀ ਕਿ ਕੱਲ੍ਹ ਬਿਲਕੁਲ ਰੋਡ ਜਿਲ੍ਹਾ ਗਰਮੀਆਂ ਵਿੱਚ ਪਤਾ ਚੀਜ਼ ਫੈਲਣੀ ਸਰਦੀਆਂ ਸੁੱਕਣੀ ਅਤੇ ਫਿਰ ਜਾਣੀ ਕਿ ਰੋਡ ਫਟਿਆ ਨਾ ਤੁਸੀਂ ਪਾਣੀ ਖਿੰਨੇ ਹੋਏ ਹੋ ਹੁਣ ਰੋਡ ਪੱਕੀ ਹੋਈ ਹੈ ਇਸ ਪਾਣੀ ਕੋਲੋਂ ਖਿੰਨੇ ਰਹੇ ਤੁਸੀਂ ਕਿੰਨੇ ਹੋ ਕੋਲ ਜਾਣੇ ਹੋ ਕਿੰਨੀ ਬੰਨੇ ਹੋ
ਥ੍ਰੀ ਕਿਹੜੇ ਸਕੂਲ ਦੇ ਬੰਦੇ ਹੋ? ਰੀਡ ਫਾਊਂਡੇਸ਼ਨ। ਤੁਸੀਂ ਇਹ ਮਦਰਸੇ ਪੜ੍ਹਨੇ? ਬਿਲਕੁਲ। ਠੀਕ ਹੋਈ ਗਿਆ। ਸੋ ਮਾਸ਼ਾਅੱਲਾ ਜੀ, ਇਹ ਵੀ ਅੱਛੀ ਗੱਲ ਹੀ, ਖੁਸ਼ੀ ਵਾਲੀ ਗੱਲ ਇਸ ਪੂਰੇ ਇਲਾਕੇ ਵਾਸਤੇ, ਆਸਾਂ ਵਾਸਤੇ ਵੀ ਕਿ ਸਾਨੂੰ ਜ਼ਿਆਦਾਤਰ ਜਾਣਾ ਇਸ ਰੋਡ ਐਂਡ ਥਰੂ ਆਉਣਾ ਹੈ। ਠੀਕ ਹੈ। ਉਹਦੇ ਕੋਲ ਉੱਚੀ ਵੱਲ ਕੀਤੀ ਉਹਦੇ ਕੋਲ ਉਹ ਵਾਲੀ ਰੋਡ ਤੱਕ ਉਹ ਤਾਂ ਸਪਰੀ ਰੋਡ ਆਈ ਤੱਕ ਹੁਣ ਨੈਕਸਟ ਲਾਇਆ ਮਲ ਗਿਆ ਸੀ ਪੇੜ ਤਾਂ ਉੱਥੇ ਨਾ ਉੱਥੇ ਹੀ ਹੈ ਜੀ ਪੇੜ ਜਿਹੜਾ ਆ ਜਿਸ ਨੇ ਨਹੀਂ ਇਸਨੇ ਪਾਣੀ ਕੱਢਣ ਕੋਈ ਨਾ ਕੋਈ ਨਿਜ਼ਾਮ ਬਣਾਇਆ ਉਸ ਨੇ ਸ਼ਾਇਦ ਵੀ ਗੱਲ ਹੈ ਜਿਵੇਂ ਕਿ ਜ਼ਾਹਿਰੀ ਗੱਲ ਹੈ ਅਜੇ ਸਾਫ਼ ਹੋ ਤਾਂ ਕਿਨੂੰ ਕਿ ਪੇੜ ਉੱਚਾ ਹੋ ਸਕਦਾ ਹਾਂ ਨਹੀਂ ਇੱਧਰ ਵਾਲਾ ਪਾਣੀ ਤਾਂ ਚਲੋ ਇੱਧਰ ਬੁਣ ਲਗਾ ਜੇ ਅਸੀਂ ਇੱਧਰ ਪੈੜੇ ਹੋਣੀ ਹੈ ਠੀਕ ਹੈ ਲੇਕਿਨ ਉੱਧਰ ਜਿੱਧਰ ਪੈੜ ਆ ਉੱਧਰ ਕਾਹਦਾ ਕਹਿ ਕੀਤਾ ਉਸ ਨੇ ਮੈਂ ਆਉਣਾ ਜੁਲਾਂ ਦਾ ਰੱਬ ਲੈ ਲਿਆ ਗਿਆ ਮਾਸ਼ਾਅੱਲਾ ਜੀ ਜਿੱਦਾਂ ਮਰਜ਼ੀ ਪਾਬੰਦੀਆਂ ਲਓ ਜੀ ਨਾ ਭਾਈ ਨਿਕਲਣਾ ਹੋਣਾ ਉਹ ਨਿਕਲੀ ਜਾ ਪਾਣੀਆਂ ਨਾਲ ਕਿਆ ਕੁਝ ਕਰ ਸਕੀਏ ਇੱਥੇ ਪਹਿਲੇ ਪਾਣੀ ਖਲਾਉਣਾ ਸਾ ਫਿਰ ਸਾਨੂੰ ਪਤਾ ਕਿ ਪਾਣੀ ਇਹਨੇ ਜਾਣੇ ਬਾਅਦ ਤੋਂ ਨਾਲੀਆਂ ਭਰੀਆਂ ਸੀ ਫਿਰ ਜਿਨ੍ਹਾਂ ਨੇ ਜਗ੍ਹਾ ਸੀ ਉਹਨਾਂ ਨੇ ਤਾਂ ਪੈੜ ਬਣਾਈ ਹੋਇਆ ਜਿਸਨੇ ਬਸ ਖਲਤੇ ਵਿਆ ਕਿਉਂ ਹੁਣ ਆਇਆ ਕਿ ਜ਼ਾਹਿਰ ਕਰੀ ਤੁਸੀਂ ਪਤਾ ਬਾੜੀ 'ਚ ਪਾਣੀ ਖਾਸ ਮਿਕਦਾਰ ਦੀਆਂ ਠੀਕ ਹੋਣਾ ਆ ਜ਼ਿਆਦਾ ਹੋਈ ਹੈ ਤਾਂ ਫਿਰ ਨੁਕਸਾਨਦੇਹ ਹੋ ਜਾਣਾ ਨੁਕਸਾਨਦੇਹ ਫਸਲ ਨਹੀਂ ਹੋਈ ਸਕਣੀ ਉੱਥੇ ਕਾਫੀ ਜ਼ਿਆਦਾ ਸੋ ਉਹਨਾਂ ਪੈੜ ਬਣਾਈ ਹੋਈ ਆ ਸਾ ਉਸ ਤੋਂ ਬਾਅਦ ਮਸਲਾ ਕਾਫੀ ਜ਼ਿਆਦਾ ਹੈਗਾ ਚਿੱਕੜ ਗਾਰਾ ਸਾਰਾ ਕੁਝ ਹੈਗਾ ਹੁਣ ਰੋਡ ਤਾਂ ਪੱਕੀ ਹੋ ਗਈ ਹੈ ਪਤਾ ਨਹੀਂ ਹੁਣ ਪਾਣੀ ਖਲਸੀ ਜਾਂ ਨਹੀਂ ਖਲਸੀ ਮਾੜੇ ਖਿਆਲ ਇੱਥੇ ਇਸ ਤਰ੍ਹਾਂ ਕੀਤਾ ਜਾ ਸੀ ਇਹ ਸਾਈਡ ਨਹੀਂ ਜਿਹੜੀ ਜੈਸਾ ਖਲਸੇ ਆ ਇਹ ਪੇੜਾ ਉੱਪਰ ਇੱਥੋਂ ਨਾਲੋਂ ਨਾਲੀ ਬਣਾ ਠੀਕ ਹੈ ਜਿਹੜਾ ਵੀ ਪਾਣੀ ਅਪਰੋ ਰੋਡਾਂ ਨੇ ਇਸਨਾ ਨਾ ਉਹ ਸਾਰਾ ਨਾਲੀ 'ਚ ਸੀ ਅਤੇ ਨਾਲੀ ਕੀ ਇਸ ਤਰ੍ਹਾਂ ਕੀਤਾ ਜਾ ਸੀ ਇੱਕ ਸਾਈਡ ਉੱਪਰ ਪਾਣੀ ਉਸ ਨਾਲ ਕੱਢਿਆ ਜਾ ਬਿਲਕੁਲ ਕਿਉਂਕਿ ਇੱਕ ਸਾਹਮਣੇ ਘਰ ਆ ਉੱਧਰ ਪਾਣੀ ਜਾਇ ਤਾਂ ਵੀ ਰੋਲਾ ਆਏ ਜਿਹਨਾਂ ਅਗਰ ਇਸ ਬਾੜੀ ਗਿਆ ਤਾਂ ਉਹਨਾਂ ਦਾ ਰੋਲਾ ਤੱਕ ਉਹ ਜਾਣਾ ਪਿਆ ਬੰਨ ਬਣੀ ਜਾਣੀ ਹੈ ਫਿਰ ਬਾਅਦ ਜ਼ਾਹਿਰ ਗੱਲ ਇੱਥੇ ਫਸਲ ਵੀ ਨਹੀਂ ਹੋਣੀ ਬਿਲਕੁਲ ਸੋ ਇਹਨਾਂ ਨੇ ਬਾੜੀ ਵੈਸੇ ਵੀ ਤੱਕ ਉਹਨਾਂ ਪੈੜ ਬਣਾਇਆ ਲੇਕਿਨ ਤਾਂ ਵੀ ਕੋਈ ਹੱਥ ਰਫਾ ਫਾਇਦਾ ਹੋਇਆ ਨਹੀਂ ਹੈ ਲੇਕਿਨ ਮਸਲਾ ਇਹਨਾਂ ਦਾ ਕੋ ਅੱਗੇ ਵੀ ਬਾੜੀਆਂ ਹੀ ਆ ਉਹ ਵੀ ਅੱਗੇ ਬਾੜੀ ਹੈ ਘੜੀ ਬਾਰੀ ਸਿੱਟਣ ਰੋਲਾ ਜੀ ਸੁਣਾਇਆ ਇਹ ਸਾਰਾ ਪੁਣ ਬਾੜੀਆਂ ਹੀ ਆ ਪਾਣੀਆਂ ਨੇ ਲੇਕਿਨ ਇਹ ਕਿ ਬਰਾਬਰ ਹੋਈ ਜਾਣਾ ਮਤਲਬ ਹੈ ਕਿ ਇੱਕ ਸਾਰਾ ਹਿੱਸਾ ਬਾੜੀ ਜਿਹਾ ਜਾਏ ਥੋੜ੍ਹਾ ਉੱਧਰ ਲਗਾ ਜਾਏ ਥੋੜ੍ਹਾ ਇੱਧਰ ਲਗਾ ਜਾਏ ਥੋੜ੍ਹਾ ਜਿਹਾ ਆਮ ਰੋਡਾਂ ਭਰਾਉਣਾ ਸਾਰੀਆਂ ਪਰ ਤਾਂ ਕੋਈ ਬਿਹਤਰ ਹੱਲ ਨਿਕਲੀ ਸਕਣਾ ਆ ਬਿਲਕੁਲ ਸੋ ਇਹ ਕਿਉਂ ਕਰਨਾ ਵੀਡੀਓ ਨਹੀਂ ਐਂਡਿੰਗ ਸੋ ਖੁਸ਼ਹਾਲ ਗੱਲ ਹੈ ਕਿ ਰੋਡ ਬਣੀ ਗਿਆ ਲੇਕਿਨ ਅੱਛਾ ਦਿਨ ਚਲੋ ਪਤਾ ਲੱਗੀ ਅਸੀਂ ਕਿ ਸਾਫ਼ ਸੁਥਰਾ ਪਾਣੀ ਥਾਪਰ ਖਲਤਾਵਾਂ ਸੀ ਜਾਂ ਨਿਕਲੀ ਜਾ ਕਰ ਸੀ ਇਹ ਗੱਲ ਹੈ ਇਨਸ਼ਾਅੱਲਾ ਇਹ ਕਿ ਇਸ ਨਾਲ ਨੈਕਸਟ ਵੀਡੀਓ 'ਚ ਮੁਲਾਕਾਤ ਅਸੀਂ ਤਦ ਤੱਕ ਆਪਣੇ ਤਾਂ ਆਪਣੇ ਪਿਆਰਾਂ ਨਾਲ ਬਹੁਤ ਸਾਰਾ ਖਿਆਲ ਰੱਖਿਆ ਦੋਵਾਂ ਵਿੱਚ ਸਾਡੇ ਭਰਾ ਕੀ ਯਾਦ ਦੋਵਾਂ ਕੀ ਇਸਤਰੀਆਂ ਕੀ ਯਾਦ ਰੱਖਣਾ